That's all. ਮੇਲੇ 'ਚ ਆਏ 3 ਲੱਖ ਤੋਂ ਲੈ ਕੇ 3 ਕਰੋੜ ਤੱਕ ਦੇ ਘੋੜੇ। ਸਲਮਾਨ ਖਾਨ ਵੀ ਇਹਨਾਂ ਘੋੜਿਆਂ 'ਤੇ ਲਗਾ ਚੁੱਕਾ ਬੋਲੀ। ਇਹਨਾਂ ਦੇ ਵਿੱਚੋਂ ਇੱਕ ਘੋੜਾ ਸਭ ਤੋਂ ਖਾਸ ਰਿਹਾ, ਜਿਸ 'ਤੇ ਸਾਰਿਆਂ ਦੀ ਨਜ਼ਰ ਸੀ। ਉਸ ਦਾ ਨਾਮ ਹੈ ਪਦਮ। ਪਦਮ ਨਾਂ ਦੇ ਘੋੜੇ ਦਾ ਮਾਲਕ ਜਸਪਾਲ ਸਿੰਘ ਹੈ, ਜਿਨ੍ਹਾਂ ਨੇ ਦੱਸਿਆ ਕਿ ਇਸ ਘੋੜੇ 'ਤੇ 3 ਕਰੋੜ ਰੁਪਏ ਦੀ ਬੋਲੀ ਲੱਗ ਚੁੱਕੀ ਹੈ, ਪਰ ਇਹਨਾਂ ਨੇ ਇਸ ਨੂੰ ਨਹੀਂ ਵੇਚਿਆ। ਤੇ ਇਹ 3 ਕਰੋੜ ਦੀ ਬੋਲੀ ਲਗਾਉਣ ਵਾਲਾ ਹੋਰ ਕੋਈ ਨਹੀਂ, ਸਲਮਾਨ ਖਾਨ ਹੈ, ਜੋ ਕਿ ਬਾਲੀਵੁੱਡ ਦੇ ਕਾਫੀ ਨਾਮੀ ਐਕਟਰ ਨੇ। ਉਹਨਾਂ ਦੇ ਵੱਲੋਂ 3 ਕਰੋੜ ਰੁਪਏ ਇਸ ਘੋੜੇ 'ਤੇ ਬੋਲੀ ਲਗਾਈ ਗਈ ਸੀ, ਪਰ ਪਦਮ ਦੇ ਮਾਲਕ ਨੇ ਇਹ ਮਨਾ ਕਰ ਦਿੱਤਾ। ਦੱਸ ਦਈਏ ਕਿ ਪੰਜਾਬ ਦੇ ਫਰੀਦਕੋਟ ਦੇ ਵਿੱਚ 6ਵਾਂ ਹਾਰਸ ਸ਼ੋਅ ਕਰਵਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਵੱਖ ਵੱਖ ਸੂਬਿਆਂ ਤੋਂ ਲੋਕ ਆਪੋ ਆਪਣੇ ਘੋੜੇ ਲੈ ਕੇ ਪਹੁੰਚੇ ਨੇ। ਇਸ ਮੇਲੇ ਦੇ ਵਿੱਚ 200 ਤੋਂ ਵੱਧ ਘੋੜਿਆਂ ਨੇ ਹਿੱਸਾ ਲਿਆ। ਇਸ ਹਿੱਸੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਈ ਨਾਮੀ ਘੋੜੇ ਵੀ ਸੀ, ਜਿਨ੍ਹਾਂ ਦਾ ਨਾਮ ਕਾਲਾ ਕਾਟਾ, ਬਾਹੂਬਲੀ, ਰੁਸਤਮ ਅਤੇ ਪਦਮ ਵਰਗੇ ਨਾਮੀ ਘੋੜੇ ਸੀ। ਤਾਂ ਪਦਮ ਦੀ ਚਰਚਾ ਅਸੀਂ ਤੁਹਾਨੂੰ ਪਹਿਲਾਂ ਦੱਸੀ। ਇਹਨਾਂ ਘੋੜਿਆਂ ਵਿੱਚੋਂ ਕੋਈ ਨੁਕਰਾ ਅਤੇ ਕੋਈ ਮਾਰਵਾੜੀ ਨਸਲ ਦਾ ਸੀ। ਦੱਸ ਦਈਏ ਕਿ ਇਹ ਮੇਲਾ 4 ਦਿਨ ਚੱਲੇਗਾ ਅਤੇ ਇਸ 4 ਦਿਨਾਂ ਦੇ ਵਿੱਚ ਜਿਹੜਾ ਘੋੜਾ ਜਿੱਤਦਾ ਹੈ ਉਸਦੇ ਮਾਲਕ ਨੂੰ ਇੱਕ ਗੱਡੀ ਅਤੇ ਮੋਟਰਸਾਈਕਲ ਵੀ ਇਨਾਮ ਵਜੋਂ ਮਿਲੇਗੀ। ਪੂਰੇ ਭਾਰਤ 'ਚ ਮਸ਼ਹੂਰ ਘੋੜਾ ਪਦਮ ਦੇ ਨਾਲ ਅਤੇ ਉਸਦੇ ਮਾਲਕ ਦੇ ਨਾਲ ਗੱਲਬਾਤ ਕਰਦੇ ਹਾਂ। ਇਸ ਘੋੜੇ ਨੂੰ ਸਲਮਾਨ ਖਾਨ ਆਖਰ ਕਿਉਂ ਖਰੀਦਣਾ ਚਾਹੁੰਦੇ ਸੀ? ਕੀ ਖਾਸ ਹੈ ਇਸ ਘੋੜੇ ਦੇ ਵਿੱਚ ਕਿ ਇਸ ਦੀ ਬੋਲੀ 3 ਕਰੋੜ ਲੱਗੀ? ਮੇਰਾ ਨਾਮ ਜਸਪਾਲ ਸਿੰਘ, ਨਾਲ ਮੇਰੇ ਭਰਾ ਦਾਰਾ ਸਿੰਘ ਦਮਦਮਾ ਜੀ। ਇਹਦਾ ਜਿਹੜਾ ਵਿਸ਼ੇਰਾ ਸਾਡਾ, ਇਹ ਘੋੜਾ ਇਹ ਪਦਮ ਹੈ ਜੀ। ਇਹਦੀ ਉਮਰ 4 ਸਾਲ ਤੋਂ 2 ਮਹੀਨੇ ਘੱਟ ਹੈ ਜੀ ਹਜੇ ਤੱਕ, ਕਿਉਂਕਿ ਸਪੋਰਟਲੈਸ ਹੈ, ਬਿਲਕੁਲ ਕਿਤੇ ਕੋਈ ਲਾਗ ਨਹੀਂ ਜੀ। ਬਾਕੀ ਬਰੀਡਿੰਗ ਲਈ ਘੋੜੀ ਬਹੁਤ ਜ਼ਿਆਦਾ ਮੇਲ ਹੋ ਰਹੀ ਹੈ ਜੀ, ਕਿਉਂਕਿ ਜਿਹੜੀ ਇਹਦੀ ਸਪੋਰਟਲੈਸ ਸੁੰਦਰਤਾ, ਉਹ ਬਾਈ ਜੀ ਤੁਸੀਂ ਵੀ ਦੇਖੋ, ਤੁਹਾਨੂੰ ਆਪ ਨੂੰ ਚੰਗੀ ਲੱਗਦੀ ਹੈ, ਤਾਂ ਹੀ ਆਪਾਂ ਇਹਦੀ ਵੀਡੀਓ ਬਣਾਉਂਦੇ ਹਾਂ। ਇਸ ਕਰਕੇ ਸਪੋਰਟਲੈਸ ਬੰਕਰ ਚੰਗੀ, ਘੋੜਾ ਵੱਡਾ ਜੀ, ਸਾਰੀਆਂ ਜੋ ਹੈ ਖਾਸੀਅਤ ਹੈ। ਤੇ ਹੁਣ ਤੱਕ ਇਹ ਜਿਹੜੀ ਇਹ ਹੈ ਵੀ ਬਾਹਰ ਦੇ ਬਾਲੀਵੁੱਡ ਦੇ ਬੰਦੇ ਵੀ ਲੈ ਕੇ ਗਏ ਤੁਹਾਡੇ ਕੋਲ ਵੀ? ਹਾਂਜੀ, ਆਪਣੇ ਤੋਂ ਸਲਮਾਨ ਖਾਨ ਜੀ ਦਾ ਜਿਹੜੇ ਨਾਲ ਬ੍ਰਦਰ ਕੰਮ ਕਰਦੇ ਪ੍ਰਸ਼ਾਂਤ ਜੀ, ਉਦੋਂ ਬਾਈ ਸਲਮਾਨ ਜੀ ਨਾਲ ਗੱਲ ਹੋਈ ਸੀ ਆਪਣੀ ਵੀਡੀਓ ਕਾਲ ਤੇ। ਵੈਸੇ ਆਪਾਂ ਘਰੇ ਵੀ ਜਾ ਕੇ ਆਏ ਹਾਂ, ਲੈ ਕੇ ਆਏ ਹਾਂ ਉੱਥੇ, ਆਪਣੇ ਤੋਂ ਬੇਤਾਬ ਘੋੜਾ ਲੈ ਕੇ ਗਏ ਆ ਜੀ। ਵੈਸੇ ਘੋੜੀਆਂ ਵੀ 2-3 ਗਈਆਂ, ਪਰ ਉਹ ਘੋੜਾ ਫੇਮਸ ਹੈ ਜੀ, ਉਹਦੇ ਬੱਚੇ ਵੀ ਹਰੇਕ ਰਿੰਗ 'ਚ, ਤਕਰੀਬਨ 4-5 ਬੱਚੇ ਹਰੇਕ ਰਿੰਗ 'ਚ ਆਉਂਦੇ ਆ ਜੀ ਉਹਦੇ ਜੀ। ਬ੍ਰਦਰ ਮਜ਼ਬੂਤ ਬਣਦਾ ਜੀ, ਦੋਨੇ ਕੰਮ ਹੀ ਆ ਜੀ, ਸਹਾਇਕ ਧੰਦਾ ਵੀ ਹੈ ਜੀ, ਇੱਕ ਸ਼ੌਕ ਵੀ ਹੈ, ਕਿਉਂਕਿ ਸਭ ਤੋਂ ਪਹਿਲਾਂ ਸਾਡੇ ਭਰਾ ਨੂੰ ਸ਼ੌਕ ਸੀ ਦਾਰਾ ਸਿੰਘ ਨੂੰ, ਸਾਡਾ ਵੀ ਪਿਤਾ ਪੁਰਖੀ ਕੰਮ ਹੈ ਜੀ, ਸ਼ੌਕ ਹੈ ਪਹਿਲਾਂ ਤੋਂ, ਪਰ ਇਹਨਾਂ ਨੇ ਜਦੋਂ ਪੈਦਾ ਹੋਇਆ ਇਹਨੇ ਕਿਹਾ ਬਾਈ ਜੀ ਤੁਸੀਂ ਉੱਥੇ ਲੈ ਜਾਓ ਵੀ ਉੱਥੇ ਉਹਦੀ ਪਰਵਰਿਸ਼ ਵੀ ਸਹੀ ਹੋ ਜੂ, ਬਾਕੀ ਬਰੀਡਿੰਗ ਦਾ ਕੰਮ ਵੀ ਇੱਥੇ ਵੱਧ ਹੈ, ਕਿਉਂਕਿ ਸਾਡੇ ਇੱਕ ਸੈਂਟਰ ਬਹੁਤ ਚੰਗਾ ਜੀ ਬਰੀਡਿੰਗ ਵਾਲੇ। ਇਹ ਸਮੁੰਦਰ ਘੋੜੇ ਦਾ ਜੀ, ਮਿੰਟੂ ਵਾਲੇ ਸਮੁੰਦਰ ਘੋੜੇ ਦਾ ਜੀ। ਹਾਂਜੀ, ਅਗਰ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਕੀਮਤ ਇਸ ਤਰ੍ਹਾਂ ਜੀ, ਅਣਮੁੱਲੇ ਹੀਰੇ ਆ ਜੀ, ਕੀਮਤ ਤਾਂ ਨਹੀਂ ਵੈਸੇ ਕੋਈ ਵੀ ਨਹੀਂ, ਪਰ ਜੇਕਰ ਫਿਰ ਵੀ ਸੋਚਦੇ ਆਪਾਂ ਨੂੰ 3 ਕਰੋੜ ਤੱਕ ਦੀ ਉਹ ਫਰਾਜ ਚੱਕੀ ਵਰਨਾ ਆਪਾਂ ਨੋਟ ਵਰ ਸੇਲ ਹੈ ਜੀ।
ਸਰ ਜਿਹੜੇ ਹੋਰਸ ਸ਼ੋਅ ਕਰਵਾਇਆ ਜਾ ਰਿਹਾ, ਕਿੰਨਵਾਂ ਸ਼ੋਅ ਆ, ਮਕਸਦ ਕੀ ਆ? ਇਹ ਛੇਵਾਂ ਮਾਰਵਾੜੀ ਸ਼ੋਅ ਆ ਅਤੇ ਇਸ ਮਾਰਵਾੜੀ ਅਤੇ ਨੁਕਰਿਆਂ ਦਾ ਜਿਹੜਾ ਸ਼ੋਅ ਹੋ ਰਿਹਾ, ਇਹ ਬੇਸਿਕਲੀ ਅਸੀਂ ਤਾਂ ਪ੍ਰਮੋਟ ਕਰਦੇ ਹਾਂ ਆਪਦੀ ਸੁਸਾਇਟੀ ਵੱਲੋਂ, ਤਾਂ ਕਿ ਜ਼ਿਮੀਂਦਾਰਾਂ ਦਾ ਇੱਕ ਸਹਾਇਕ ਧੰਦਾ। ਤੁਸੀਂ ਦੇਖੋ ਦੂਰੋਂ ਦੂਰੋਂ ਹਰੇਕ ਪਿੰਡ 'ਚੋਂ ਜ਼ਿਮੀਂਦਾਰ ਲੈ ਕੇ ਆਏ ਹੋਏ ਆਪਦੇ ਜਾਨਵਰ। ਸੋ ਇੱਕ ਕਿਸਮ ਦਾ ਜਿਵੇਂ ਪੋਲਟਰੀ ਹੈ, ਜਿਵੇਂ ਡੇਅਰੀ ਫਾਰਮਿੰਗ ਹੈ, ਇਹ ਵੀ ਜ਼ਿਮੀਂਦਾਰਾਂ ਦਾ ਸਹਾਇਕ ਧੰਦਾ, ਜ਼ਿਮੀਂਦਾਰਾਂ ਦਾ ਇੱਕ ਕਿਸਮ ਦਾ ਇਹ ਉਹਨਾਂ ਦੀ ਆਮਦਨ ਦਾ ਜ਼ਰੀਆ ਹੈ। ਸੋ ਉਹਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਇਹ 6ਵਾਂ ਵੱਡਾ ਸ਼ੋਅ ਕਰਾ ਰਹੇ ਹਾਂ। ਘੋੜੇ ਜੀ ਮਹਾਰਾਸ਼ਟਰ, ਘੋੜੇ ਗੁਜਰਾਤ, ਰਾਜਸਥਾਨ, ਹਰਿਆਣਾ, ਪੰਜਾਬ 'ਚ। ਕੁਛ ਖਾਸ ਕਿਸਮ ਦੇ ਮਹਿੰਗੇ ਘੋੜੇ ਵੀ ਹੈ? ਘੋੜੇ ਮਹਿੰਗੇ ਸਸਤੇ ਤਾਂ ਚਲੋ ਉਹ ਤਾਂ ਘੋੜੇ ਘੋੜੇ 'ਤੇ ਡਿਪੈਂਡ ਕਰਦਾ, ਪਰ ਬੇਸਿਕਲੀ ਮਾਰਵਾੜੀ ਨਸਲ ਅਤੇ ਨੁਕਰਾ ਨਸਲ ਦੋ ਨਸਲ।